ਹਲਕਾ ਸਾਨੇਵਾਲ ਦੇ ਵਿੱਚ ਪੈਂਦੇ ਪਿੰਡ ਜਗੀਰਪੁਰ ਦੇ ਵਿੱਚ ਸੀਵਰੇਜ ਸਮੱਸਿਆ ਕਾਰਨ ਗਲੀਆਂ ਦਾ ਬਹੁਤ ਬੁਰਾ ਹਾਲ ਹੋਇਆ। ਇਸ ਗੰਦੇ ਪਾਣੀ ਕਾਰਨ ਪਿੰਡ ਵਾਸੀਆਂ ਨੂੰ ਬਹੁਤ ਹੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇਸ ਗੰਦੇ ਪਾਣੀ ਕਾਰਨ ਪਿੰਡ ਵਾਸੀ ਬਹੁਤ ਜ਼ਿਆਦੀਆਂ ਬਿਮਾਰੀਆਂ ਦਾ ਸਾਹਮਣਾ ਕਰ ਰਹੇ ਹਨ ਅਤੇ ਬੱਚਿਆਂ ਨੂੰ ਮਾਤਾ ਬਜ਼ੁਰਗਾਂ ਨੂੰ ਭੈਣਾਂ ਭਰਾਵਾਂ ਨੂੰ ਬਹੁਤ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਸਕੂਲ ਜਾਣ ਲਈ ਗੰਦੇ ਪਾਣੀ ਕਾਰਨ ਬੱਚਿਆਂ ਨੂੰ ਭਾਰੀ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਅਤੇ ਗੰਦੇ ਪਾਣੀ ਕਾਰਨ ਟੀਚਰ ਸਾਹਿਬਾਨਾਂ ਨੂੰ ਵੀ ਲੰਘਣ ਵਿੱਚ ਬਹੁਤ ਦਿੱਕਤ ਆਉਂਦੀ ਹੈ। ਪੇਸ਼ ਹੈ ਸਾਡੀ ਇਹ ਲੁਧਿਆਣਾ ਤੋਂ ਖਾਸ ਰਿਪੋਰਟ। ਇੱਥੇ ਮੈਂ ਬੋਲ ਲੈਣਾ ਜੇ ਉੱਥੇ ਬੋਲ ਦੇਣਾ। ਹਾਂ ਹਾਂ ਬੋਲੋ। ਕੀ ਹਾਲ ਆ ਸਾਡੇ, ਦੇਖੋ ਤੁਸੀਂ ਉਧਰ, ਅਸੀਂ ਬਿਮਾਰ 2.5 ਲੱਖ ਰੁਪਈਆ ਹੁਣ ਲਾ ਕੇ ਆਏ, ਬਹੁਤ ਕਹਿ ਕਹਿ ਕੇ ਹੰਭ ਗਏ, ਸਾਡੀ ਕੋਈ ਸੁਣਵਾਈ ਨਹੀਂ ਹੁੰਦੀ। ਸਾਡੇ ਅੰਦਰ ਗੂੰਜ ਆਉਂਦਾ ਸੀ ਕਿਹਨੂੰ ਆ, ਨਹੀਂ ਮੈਂ ਫੋਨ ਕੀਤਾ ਹਰੇਕ ਨੂੰ ਫੋਨ ਕਰਕੇ ਕਿਹਾ ਵੀ ਆ ਦੇਖੋ ਤੁਸੀਂ ਆ ਕੇ ਸਾਡੇ ਹਾਲ ਦੇਖੋ, ਅਸੀਂ ਬਿਮਾਰ ਸੀ, ਸਾਡਾ ਕਿਸੇ ਨੇ ਆ ਕੇ ਪਤਾ ਨਹੀਂ ਲਿਆ। ਜਿਹੜੀ ਕੰਪਲੇਂਟ ਆ ਤੁਸੀਂ ਲਿਖਤੀ ਚ ਦਿੱਤੀ ਹੈ ਕਿ ਜਾ ਕੇ ਗਏ? ਨਹੀਂ ਜੀ, ਹਰੇਕ ਨੂੰ ਫੋਨ ਤੇ ਹੋਣੀਆਂ ਹਲੇ ਡਿਟੇਲਾਂ, ਫੋਨ ਕਰ ਕਰਕੇ ਵੀ ਸੱਦੇ ਆ, ਕਿਵੇਂ ਨਹੀਂ ਕੋਈ ਸੁਣਦਾ ਵੀ ਸਰਪੰਚ ਸਾਹਿਬ ਸਾਡੇ ਘਰੇ ਆਓ, ਸਾਡੇ ਅੰਦਰ ਗੂੰਹ ਆਉਂਦਾ, ਸਾਡੇ ਕੋਠੇ ਤੇ ਘਰ ਚੜ ਗਿਆ ਸੀ, ਹਰੇਕ ਚੀਜ਼ ਬੰਦ ਸੀ, ਸੀਵਰੇਜ ਬੰਦ ਸੀ, ਜੋ ਵੀ ਸਭ ਅੰਦਰ ਸੀ। ਮੈਨੂੰ ਕਹਿੰਦੇ ਮੈਨੂੰ ਪਤਾ ਕੀ ਕਹਿੰਦੇ, ਜਿਹੜਾ ਕਿਹੜਾ ਮੈਨੂੰ ਕਹਿੰਦਾ ਸੀ ਮਿੱਟੀ ਸਟਾਲਾ ਲਾੜਨਾ, ਮਿੱਟੀ ਸਟਾਲਾ ਲਾੜਨਾ। ਮੈਂ ਮਿੱਟੀ ਸਟਾਈ ਤਾਂ ਜਾ ਕੇ ਮਾੜਾ ਜਿਹਾ ਮੇਰੇ ਅੰਦਰ ਮਿੱਟੀਆਂ ਸਿੱਟਣ ਨਾਲ ਉਦਾਂ ਲੱਗਦਾ ਹੱਲ ਹੋ ਜੂਗਾ ਇਦਾਂ? ਨਹੀਂ ਜੀ, ਨਹੀਂ ਹੋਣਾ। ਜਿਹੜਾ ਗੰਦਾ ਪਾਣੀ ਹੁਣ ਤਾਂ ਅਸੀਂ ਬਹੁਤ ਹੀ ਦੁਖੀ ਹੋ ਗਏ। ਹਾਂਜੀ, ਇਹ ਤਾਂ ਤੁਸੀਂ ਬਿਮਾਰੀਆਂ ਹੋਣੀਆਂ ਨਹੀਂ ਹੋਣੀਆਂ ਹੋਣੀਆਂ ਸਾਡੇ ਗਲੀਆਂ ਦਾ ਹੱਲ ਕੀਤਾ। ਕਿੰਨੀਆਂ ਗਲੀਆਂ ਚ ਪ੍ਰੋਬਲਮ ਹੈ ਇਹ? ਸਾਨੂੰ ਤਾਂ ਹੀ ਮੇਨ ਰੋਡ ਦੀ ਜ਼ਿਆਦਾ ਪ੍ਰੋਬਲਮ ਸਾਡੇ ਆਪਣੀ, ਬਾਕੀ ਇਧਰ ਨੂੰ ਸਾਨੂੰ ਪਤਾ ਨਹੀਂ ਹੋਈਆਂ ਹੋਈਆਂ ਸਾਡੇ। ਹਾਂਜੀ ਮਾਤਾ ਜੀ, ਕਿੰਨੇ ਨੰਬਰ ਗਲੀ ਚ ਰਹਿੰਦੇ ਤੁਸੀਂ? ਕਿੰਨੇ ਨੰਬਰ ਗਲੀ ਚ ਰਹਿੰਦੇ ਆ? ਜਦੋਂ ਵੋਟਾਂ ਪਾਈਆਂ ਸੀ ਉਦੋਂ ਕੀ ਕਹਿੰਦੇ ਸੀ? ਸ਼ਿਵਰਾਮ ਦੀਆਂ ਤੁਹਾਨੂੰ ਪਰਚੀਆਂ ਦਿਖਾਉਣੀ, ਮੈਂ ਸ਼ਿਵਰਾਮ ਦੀ ਸਾਰੀਆਂ ਰਸੀਦਾਂ ਦਿਖਾਉਣੀ ਆ, ਦੇਖੋ ਕਿੰਨਾ ਸਾਡਾ ਪੈਸਾ ਲੱਗਾ ਆ। ਹੁਣ ਤੁਹਾਨੂੰ ਆਸ ਹੈਗੀ ਕੋਈ ਕਿ ਨਹੀਂ ਕੰਮ ਹੋਊਗਾ ਤੁਹਾਡਾ ਕੋਈ? ਅਸੀਂ ਕਿਤੇ ਆਸ ਕਰਗੇ ਜੀ, ਕਿਤੇ ਕਰਗੇ ਸਾਨੂੰ ਦੱਸੋ। ਆਵਾਜ਼ ਬੰਦ ਕਰੀ ਯਾਰ। ਹਾਂਜੀ, ਦਿੱਤੇ ਆ ਸੀਵਰੇਜ ਸਾਫ਼ ਕਰਨ ਨੂੰ, ਪਰ ਨਹੀਂ ਹੋਇਆ ਹੱਲ, ਏਦਾਂ ਹੀ ਨਾਲ ਕਰ। ਪੈਸੇ ਕਿਹਨਾਂ ਨੂੰ ਦਿੱਤੇ ਤੁਸੀਂ? ਪੈਸੇ ਸੀਵਰੇਜ ਸਾਫ਼ ਕਰਨ ਵਾਲਿਆਂ ਨੂੰ ਜੀ, ਕਦੀ 100 ਕਦੀ 200 ਦਿੰਦੇ ਰਹੇ। ਇਕੱਠੇ ਇਕੱਠੇ ਬੁਲਾਉਂਦੇ ਹੁੰਦੇ ਸੀਗੇ? ਹਾਂਜੀ ਜੀ, ਦਿੰਦੇ ਰਹੇ ਆ, ਹਰੇਕ ਵਾਰੀ ਇੱਕ ਕੱਖ ਨਹੀਂ ਰੁਪਏ ਦਾ ਹੋਇਆ ਹੱਲ ਜੀ। ਹਾਂਜੀ, ਆ ਇਧਰ ਨੂੰ ਮਾੜਾ ਜਾ, ਕੀ ਪ੍ਰੋਬਲਮ ਹੈ? ਜਗੀਰਪੁਰ ਕੱਲਾ ਨਾਂ ਦਾ ਹੀ ਆਇਆ ਕੱਲਾ ਜਗੀਰਪੁਰ, ਇੱਥੇ ਬਿਮਾਰੀ ਹੋਣੇ ਆ। 3 ਸਾਲ ਉੱਪਰ ਹੋ ਗਏ, 3 ਸਾਲ ਤੋਂ ਮੈਂ ਇਹੀ ਦੇਖਦੀ ਆਈ ਆ, ਨਰਕ ਆ ਪੂਰਾ। ਨਿਆਣੇ ਸਕੂਲੋਂ ਆਉਂਦੇ ਕਿੰਨਾ ਔਖਾ ਆਉਂਦੇ ਪਏ ਆ, ਠੀਕ ਆ, ਛੱਪੜ ਉਧਰਲੀ ਸਾਈਡ ਲੱਗ ਗਿਆ ਵਾ, ਇਹ ਗਾਰੇ ਕਰਕੇ ਲੱਗੇ, ਬਾਈ ਚਾਂਸ ਨਿਆਣੇ ਉਧਰ ਖੇਡਦੇ ਆ, ਬਾਈ ਚਾਂਸ ਜੇ ਉਧਰ ਕੋਈ ਨਿਆਣਾ ਆ। ਰੋਡ ਤਾਂ ਦੇਖਿਆ ਨਾ ਤੁਸੀਂ, ਰੋਡ ਦੇ ਜਦੋਂ ਇੱਕ ਉੱਥੇ ਸੀਵਰੇਜ ਚੋਂ ਬੰਦਾ ਗਿਰ ਗਿਆ, ਫੇਰ ਜਾ ਕੇ ਸਰਕਾਰਾਂ ਉੱਠ ਕੇ ਫੇਰ ਗਟਰ ਬਣਾਇਆ ਤੁਸੀਂ, ਪਹਿਲਾਂ ਇੱਥੇ ਪਹਿਲਾਂ ਕੋਈ ਮਰੂਗਾ ਫੇਰ ਬਣੂਗਾ, ਤੁਹਾਨੂੰ ਇਹ ਸਿਸਟਮ ਹੈ ਤੇ। ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਪਿੰਡਾਂ 'ਚ ਆਈ ਸੀਗੀ, ਪਿੱਛੇ ਇਲੈਕਸ਼ਨ ਹੋ ਕੇ ਹਟੇ ਆ, ਕੀ ਕਿਹਾ ਗਿਆ ਉਹਨਾਂ ਵੱਲੋਂ? ਮੈਂ ਉਹ ਤਾਂ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਖੜੇ ਆ, ਤੇ ਸਾਰੀ ਪਾਰਟੀਆਂ ਇਹੀ ਕਹਿੰਦੀਆਂ, ਮੈਂ ਕਿਸੇ ਨੂੰ ਇਹ ਨਹੀਂ ਕਹਿੰਦੀ ਵੀ। ਤੇ ਹੁਣ ਦੁਬਾਰਾ ਫੇਰ ਇਲੈਕਸ਼ਨ ਆਣੇ ਆ ਸਰਪੰਚੀ ਦੇ, ਜਿਹੜਾ ਸਾਡੀ ਗਲੀ ਬਣਾ ਕੇ ਦਊਗਾ, ਆ ਕੰਮ ਆ ਕਰੂਗਾ, ਫੇਰ ਵੋਟਾਂ ਲੈ ਜੂਗਾ ਨਾ, ਤਾਂ ਜਾਓ ਆਪਣੇ ਘਰੇ, ਚਾਹੇ ਜਿਹੜਾ ਮਰਜ਼ੀ ਹੋਵੇ। ਸਰ 1000 ਰੁਪਏ ਆ ਗਿਆ ਕਿ ਨਹੀਂ? ਮੈਂ ਲੈ ਮਨੂੰ 1000 ਰੁਪਏ ਕਹਿਣ ਦੀਆਂ ਗੱਲਾਂ, ਤੁਸੀਂ ਆਹੀ ਸਾਫ਼ ਕਰ ਦਿਓ, ਕੋਈ ਨੀ ਆਂਦਾ ਇੱਥੇ? ਕੋਈ ਵੀ ਨੀ ਆਇਆ? ਐਮਐਲਏ ਸਾਹਿਬ ਨੀ ਆਇਆ? ਕੋਈ ਵੀ ਨੀ ਆਂਦਾ? ਕਿੰਨੀ ਦੇਰ ਹੋ ਗਈ ਆਏ ਨੂੰ? ਮੈਨੂੰ 3-4 ਸਾਲ ਤੋਂ ਉੱਪਰ ਹੋ ਗਿਆ, ਮੈਂ ਤਾਂ ਇੱਥੇ ਦੇਖਦੀ ਆਈ। ਨਹੀਂ, ਜਦੋਂ ਪਿੱਛੇ ਵੋਟਾਂ ਸੀ ਉਦੋਂ ਤਾਂ ਆਏ, ਵੋਟਾਂ ਤੋਂ ਬਾਅਦ ਨੀ ਆਇਆ ਕੋਈ? ਨਹੀਂ। ਜਗੀਰਪੁਰ ਤੋਂ ਹਲਕਾ ਸਾਨੇਵਾਲ, ਤਾਂ ਸੀਵਰੇਜ ਸਮੱਸਿਆ ਦਾ ਦੇਖੋ ਜੀ, ਪਿੰਡ ਜਗੀਰਪੁਰ ਦੇ ਗਲੀਆਂ ਦਾ ਬੁਰਾ ਹਾਲ ਹੋਇਆ ਪਿਆ ਆ, ਤਾਂ ਪਿੰਡ ਵਾਸੀਆਂ ਨੂੰ ਲੰਘਣ ਵਿੱਚ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਆ, ਬੱਚਿਆਂ ਨੂੰ ਸਕੂਲ ਦੇ ਟੀਚਰਾਂ ਸਾਹਿਬਾਨ ਨੂੰ ਵੀ ਲੰਘਣ 'ਚ ਪ੍ਰੋਬਲਮਾਂ ਨੇ, ਜਾਣੀ ਹਰ ਕਿਸੇ ਨੂੰ ਲੰਘਣ ਵਿੱਚ ਦਿੱਕਤਾਂ ਨੇ, ਸਾਹਮਣਾ ਕਰਨਾ ਪੈ ਰਿਹਾ ਆ। ਇਸ ਗੜੀ ਦੇ ਵਿੱਚ ਦੇਖੋ ਜੀ, ਖੜਨ ਦਾ ਰਾਹ ਨਹੀਂ ਹੈਗਾ, ਤੁਹਾਨੂੰ ਦਿਖਾਉਂਦੇ ਹਾਂ ਤਸਵੀਰਾਂ।
पैर रखण दी जगह नहीं हैगी इत्थे कोई। बहुत गंभीर हालात ने, माड़े हालात ने।